श्री गोंदवाल साहब चौंक बाबा जीवन सिंह जी जो कि रस्ता दरबार साहब नूं ते धुंदे नूं जांदा है उस दे विच बहुत तगड़ा खड्डा अज भी मौजूद है जो कि कई बार सरकारां नूं कहण दे बावजूद भी नहीं बनिया। आओ वेखिए साडे रिपोर्टर जगजीत सिंह संधु की विशेष रिपोर्ट। ਧੁੰਦੇ ਰੋਡ ਨੂੰ ਜਾ ਰਿਹਾ ਦਰਬਾਰ ਸਾਹਿਬ ਨੂੰ ਜਾ ਰਿਹਾ ਇਹ ਰੋਡ 'ਤੇ ਕਾਫੀ ਤਕੜਾ ਟੋਇਆ ਪੈ ਗਿਆ ਜੀ। ਕੀ ਕਹਿਣਾ ਚਾਹੁੰਦੇ ਤੁਸੀਂ ਇਹਦੇ ਬਾਰੇ? ਮੈਂ ਤਾਂ ਇਹੀ ਗੱਲ ਕਹਿਣਾ ਚਾਹੁੰਦਾ ਜੀ, ਮਹਿਕਮੇ ਦੀ ਬੜੀ ਵੱਡੀ ਹੈ ਨਲੈਕੀ ਹੈ, ਇਹ ਮਹਿਕਮਾ ਇਹਦੇ ਵੱਲ ਧਿਆਨ ਨਹੀਂ ਦਿੰਦਾ। ਇਹ ਸੜਕ ਤਕਰੀਬਨ ਸਾਲ ਦੇ ਵਿੱਚ 3 ਵਾਰੀ ਬਣਾਉਂਦੇ ਆ, ਪਤਾ ਨਹੀਂ ਕੀ ਹਿਸਾਬ ਕਿਤਾਬ ਹੈ, ਉਸ ਵੇਲੇ ਟੁੱਟ ਜਾਂਦੀ ਹੈ ਅਤੇ ਇਹ ਤਾਂ ਖੱਡਾ ਬੜਾ ਖਤਰਨਾਕ ਹੈ, ਇੱਥੇ ਕੋਈ ਵੀ ਹਾਦਸਾ ਹੋ ਸਕਦਾ, ਇੱਥੇ ਬੰਦਾ ਮਰ ਸਕਦਾ, ਗੱਡੀ ਡਿੱਗ ਸਕਦੀ ਹੈ, ਕੋਈ ਹੋਰ ਵੀ ਵੱਡੇ ਤੋਂ ਵੱਡਾ ਹਾਦਸਾ ਹੋ ਸਕਦਾ, ਪਰ ਮਹਿਕਮਾ ਇਹਦੇ ਵੱਲ ਧਿਆਨ ਨਹੀਂ ਦਿੰਦਾ। ਇਹ ਮਹਿਕਮੇ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ, ਤੁਰੰਤ ਧਿਆਨ ਦੇਣਾ ਚਾਹੀਦਾ। ਦੇਖੋ ਜੀ, ਦੇਖੋ ਜੀ, ਮਹਿਕਮੇ ਦੀ ਕੋਈ ਮਿਲੀ ਭੁਗਤ ਹੋਊਗੀ ਜਿਹਦੇ ਕਰਕੇ ਇਹ ਇੰਨਾ ਵੱਡੇ ਪੱਧਰ 'ਤੇ ਨੁਕਸਾਨ ਹੋਣ ਡਿਆ ਸਰਕਾਰ ਦਾ। ਇਹ ਤਾਂ ਜੇ ਚੰਗੀ ਤਰ੍ਹਾਂ ਸੜਕ ਬਣਾਈ ਜਾਵੇ, ਜਿੱਦਾਂ ਇੱਥੋਂ ਤਰਨ ਤਾਰਨ ਨੂੰ ਸੜਕ ਬਣੀ ਹੈ, ਇਹ ਤਕਰੀਬਨ 15 ਸਾਲ ਪੁਰਾਣੀ ਸੜਕ ਬਣੀ, ਇਹਦੇ ਵਿੱਚ ਅਜੇ ਤੱਕ ਕੋਈ ਪਰੇਸ਼ਾਨੀ ਨਹੀਂ ਆਈ। ਪਰ ਆਹ ਜਿਹੜੀ ਸੜਕ ਇੱਥੋਂ ਜਾਂਦੀ ਇੰਡਸਟਰੀ ਕੰਪਲੈਕਸ ਨੂੰ ਜੀਕੋ ਮਹਿਕਮੇ ਦੀ, ਇਹ ਹਰ 3 ਮਹੀਨੇ ਬਾਅਦ ਸੜਕ ਟੁੱਟ ਜਾਂਦੀ ਹੈ, ਮਹਿਕਮਾ ਧਿਆਨ ਨਹੀਂ ਦਿੰਦਾ ਇਹਦੇ ਵੱਲ। ਇਹ ਹੁਣ ਟੋਆ ਜਿਹੜਾ ਪਿਆ ਇਹ ਸਾਰਿਆਂ ਨੂੰ ਦੀਦਾ, 1 ਮਹੀਨੇ ਤੋਂ ਪਿਆ ਹੈ ਤਕਰੀਬਨ। ਚੌਂਕ ਦਾ ਨਾਮ ਕੀ ਹੈ ਜੀ? ਇਹ ਬਾਬਾ ਜੀਵਨ ਸਿੰਘ ਚੌਂਕ ਹੈ ਜੀ। ਹਾਂਜੀ, ਬੜਾ ਕੁਰਬਾਨੀ ਵਾਲੇ ਸਿੰਘਾਂ ਦੇ ਨਾਂ 'ਤੇ ਚੌਂਕ ਬਣਿਆ ਹੋਇਆ, ਬੜੀ ਕੁਰਬਾਨੀ ਨਾਲ ਲੋਕਾਂ ਨੇ ਇਹਦੇ 'ਤੇ ਵੱਧ ਚੜ੍ਹ ਕੇ ਹਿੱਸਾ ਪਾ ਕੇ ਚੌਂਕ ਬਣਾਇਆ, ਬੜੀ ਮਿਹਨਤ ਕੀਤੀ ਹੈ ਇੱਥੇ ਬਾਬਾ ਜੀਵਨ ਸਿੰਘ ਧਾਰਮਿਕ ਪ੍ਰਚਾਰ ਕਮੇਟੀ ਨੇ। ਪਰ ਦੇਖੋ ਜੀ, ਇਹ ਇਹੀ ਤਾਂ ਫਿਰ ਅਸੀਂ ਤੁਹਾਨੂੰ ਕਹਿ ਰਹੇ ਹਾਂ ਨਾ ਭਈ ਇਹ ਕਾਰਨ ਇਹਦਾ ਕੀ ਹੈ। ਜੇ ਇਹਨੂੰ ਕੋਈ ਪੁੱਛਣ ਵਾਲਾ ਹੋਵੇ, ਕੋਈ ਪਿੱਛੇ ਨਾ ਹੋਵੇ ਸਰਕਾਰ ਦਾ, ਜਾਂ ਕੋਈ ਬੰਦਾ ਅਧਿਕਾਰੀ ਜਿਹੜਾ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਭਾਈ ਇਹ ਕਿਉਂ ਟੁੱਟੀ ਹੈ, ਅਤੇ ਆਪੇ ਇੱਦਾਂ ਨਾ ਹੋਵੇ, ਇਹ 3 ਮਹੀਨੇ ਬਾਅਦ ਫਿਰ ਟੈਂਡਰ ਮਿਲ ਜੂਗਾ ਵਿੱਚੋਂ ਲੈ ਦੇ ਕੇ ਇੱਦਾਂ ਹੀ ਕਰਕੇ। ਇਹ ਮੈਨੂੰ ਲੱਗਦਾ ਲੋਕ ਨਹੀਂ ਪਾਉਂਦੇ, ਕੋਈ ਸੁਭਾਅ ਪਾਉਂਦੇ ਆ ਇੱਥੇ, ਹੋਰ ਨਹੀਂ ਕੋਈ ਗੱਲ। ਬਾਕੀ ਆ 1 ਮਹੀਨਾ ਹੋ ਗਿਆ, ਇਹ ਸਾਰੇ ਲੋਕ ਵਿਚਾਰੇ ਪਰੇਸ਼ਾਨ ਨੇ, ਗੱਡੀ ਵਾਲਾ ਕੋਈ ਰਾਤ ਨੂੰ ਆਵੇ ਇੱਥੋਂ ਗੈਸ ਪਲਾਂਟ ਨੂੰ ਸਿਲੰਡਰ ਭਰੇ ਗੱਡੀਆਂ ਜਿਹੜੀਆਂ ਉਹ ਲੰਘਦੀਆਂ, ਅਤੇ ਕੋਈ ਵੀ ਖੱਡੇ ਦੇ ਵਿੱਚ ਇੱਥੋਂ ਤੋਂ ਟਾਇਰ ਆਉਣ ਦੀ ਡੇਰ ਹੈ, ਸਾਰੀ ਗੱਡੀ ਥੱਲੇ ਡਿੱਗ ਪੈਣੀ ਹੈ, ਬੜਾ ਵੱਡਾ ਗਟਰ ਆ ਇੱਥੇ। ਆਹ ਥੱਲੇ ਜੇ ਨੂੰ ਕੇ ਵੇਖਿਆ ਜਾਵੇ 4 ਫੁੱਟ ਦਾ ਡੂੰਘਾ ਭਈ, ਇਹ ਤਕਰੀਬਨ 4-5 ਫੁੱਟ ਡੂੰਘਾ ਇਹ ਟੋਆ ਹੈ। ਇੱਕ ਤੁਸੀਂ ਇੱਧਰ ਨੂੰ ਫਲੱਸ਼ ਮਾਰੋ, ਬਹੁਤ ਖਤਰੇ ਵਾਲੀ ਗੱਲ ਹੈ ਜੀ, ਕੋਈ ਵੀ ਨੁਕਸਾਨ ਗੈਸ ਦਾ ਹੋ ਸਕਦਾ, ਤੇਲ ਡੀਪੂ ਗੱਡੀਆਂ ਲੰਘਦੀਆਂ ਹੋਲਡ, ਇਹ ਤਾਂ ਬੜੀ ਮਾੜੀ ਗੱਲ ਆ ਜੀ। ਕੀ ਮੰਗ ਮੰਗਦੇ ਹੋ ਤੁਸੀਂ? ਨਹੀਂ, ਅਸੀਂ ਤਾਂ ਇਹੀ ਮੰਗ ਕਰਦੇ ਹਾਂ ਮਹਿਕਮੇ ਕੋਲ ਵੀ, ਸਰਕਾਰ ਕੋਲ ਵੀ, ਜ਼ਿੰਮੇਵਾਰ ਅਧਿਕਾਰੀਆਂ ਕੋਲੋਂ ਵੀ ਇਹੀ ਮੰਗ ਮੰਗਦੇ ਹਾਂ ਭਈ ਇਹੋ ਜਿਹੜੇ ਖੱਡੇ ਪਏ ਆ ਜਾਂ ਸੜਕ ਦੇ ਨੂੰ ਵਾਰ ਵਾਰ ਬਣਾਉਣ ਦੀ ਲੋੜ ਪੈਂਦੀ ਇਹਦੇ। ਗੋਦਵਾਲ ਬਾਈਪਾਸ ਜਗਜੀਤ ਸਿੰਘ ਸੰਧੂ ਦੀ ਰਿਪੋਰਟ, ਪੰਜਾਬੀ ਐਕਟਿਵ ਟੀਵੀ, ਸ਼੍ਰੀ ਗੋਇੰਦਵਾਲ ਸਾਹਿਬ।